दोस्तों, कथा सुनते गए मेरे तो रोंगटे खड़े हो रहे, क्योंकि मेरा खून उठता गया। उसे बिल्कुल दाता भाई, बिल्कुल रणपते दे दोस्तों, परिवार से परिवार मैं दे भी जी। ना असें सुनते भी तकलीफ होंगी है, पर किन्ना न्यायप्रिय काम किया उन्हें। उल्ले पंत प्रोति गए न्यायाधीश मनाया जाता, सरपंच मनाया जाता, और दाता देव के पिता जी पहले फैसला वो कर चुके थे। उन्हें ऐसी निशानी रखी थी कि कल की शायद उन्हें बुजुर्गों ही पता था भाई जी इन्हें धोखा करना है। हाँ उस निशानी की पटाई है, तो फिर दाते ने न्याय किया। उन्हें बथेरी कोशिश की दूए हाँ निशानी की मिटाने वास्ते मिटाने जी वास्ते, जी पर जिहड़े न्याय के प्रतीक बनी है आपू वो देव आत्मा इस धरती पर आए दी। उन्हें वो जमीन की खुदाई करी है, तो कोले जिहड़े दाता लभदे ने दबे दे वो पुट्टी, तो न्याय किया। बेशक उसके बाद च भावें अपने आप का शहादत पाई, पर बिल्कुल ऐसा अज क्या कलयुग से संभव है? कोई करी सकता? अज तो लोग नहीं कर हथें खोई सकते, लेंगे ना। नहीं कर सकते। पर दाते दा दरबार दे विच अगर कोई करग दादा देव दे चरणे च, उहदे दरबार दे विच कोई गलत काम नहीं होना चाहिए। चलो इंसान गलती दा पुतला हुंदा, फिर भी दादे दे खिलाफ नहीं करना चाहिए, मैं ये आखना, केड़ी क्योंकि अस केड़ी उन्हें दो अन्न कहने बरादरियां हैं। हां चाड़करियां जिन्हां दा आपू विच फैसला जिहड़े देखो पा जी, दे मैं फिर अगे कीता कि आखदे बेही खाता लेइए चले रण बाबा देव कन्नै पालतू ताजी, तो वो कियां कियां जांदे ना। ਬਾਵੇ ਲੱਦੇ ਵਿਆਲਾ ਬੰਦੀਏ ਸਿਰ ਪਰ ਠਾਈ ਵੀਰ ਪੁਰਾ ਦੇਵੀ ਚਾਰਕ ਦਾਰਾ ਵਾਂਗੋ ਸੰਗੋ ਕੰਨੈ ਜਾਈ ਮੀਆਂ ਦੇ ਵੀਰ ਪੁਰਾ ਦੇ ਜਾੜੀ ਗੀ ਦਾਨੋ ਵਾਂਗੋ ਸੰਗੋ ਕੰਨੈ ਜਾਈ ਖਾਲੋ ਸੀਆਂ ਪਰੀ ਅੰਬਾ ਦਾਦਾ ਚੜ ਚੜੋ ਸੀ ਸੁਣਵਾਈ ਅੱਠ ਜਾਦੀਆਂ ਚੜ ਗਏ ਇਕੱਠੇ ਵੀ ਹੋਈ ਗਏ ਦਾਦੇ ਕੀ ਸੀ ਸੁਣਵਾਈ ਮੀਆਂ ਦੇ ਅੱਠੇ ਜਾਦੀ ਦੇ ਚੜ ਗਏ ਇਕੱਠੇ ਵੀ ਹੋਈ ਦੇ ਦਾਦੇ ਕੀ ਸੀ ਸੁਣਵਾਈ ਠਾਕੁਰ ਚੌਂਕੀਆਂ ਜਾਮਨ ਰੱਖਦੇ ਸਾ ਗੁਰੂਆ ਪਰ ਪਾਈ ਠਾਕੁਰ ਚੌਂਕੀਆਂ ਜਾਮਨ ਰੱਖਦੇ ਸਾ ਦਾਦੇ ਪਰ ਪਾਈ ਨੀਆਂ ਦੇ ਕੱਖ ਖੁੰਡੀ ਸਿਰੇ ਪਰ ਰੱਖਦੇ ਕਰਦੇ ਰਾਮ ਦਵਾਈ ਤੂੰ ਵੀ ਦਾਦਾ ਸਾਡਾ ਗੁਰੂ ਪਰੋਤ ਤੇਰੇ ਕੋਲਾ ਵੱਡਾ ਨੀ ਕੋਈ ਉਹ ਆਖ ਜੋ ਪਰੋਤਾ ਤੇਰੀ ਕੀਤੀ ਦੀ ਮੋੜਾ ਜਨਮੇ ਦਾ ਯੋਗ ਕਸਾਈ ਉਹ ਆਖ ਚਾੜਕੀ ਦੀ ਤਮ ਦਾਤ ਕਰੀਆਂ ਵੀ ਗੁਰੂਆ ਉਹ ਆਖ ਚਾੜਕੀ ਦੀ ਦਾਤ ਤੂੰ ਕਰੀਆਂ ਵੇ ਗੁਰੂਆ ਤੁਗੀ ਚਾਰ ਗਵਾ ਸੁਣਾਈ ਤੇਰਾ ਲੈ
ਸੱਚਾ ਬੇਬਨਾ ਕਰਨ ਲਾਈ ਦਰਾਲ ਜੈ ਦਾਤੇ ਦੀ। ਸੱਚਮੁੱਚ ਦਰਸ਼ਕੋ, ਉਹ ਸਮਾਂ ਜਿਹੜਾ ਚੇਤਾ ਕਰਨਾ ਹੋਇਆ ਤਾਂ ਖਾਸ ਕਰੀਏ ਉਹਦੇ ਆਪਣੇ ਕੁਲਚਾ ਜਿਹੜਾ ਜੀਵ ਹੋ ਉਹਦਾ ਗਲਾ ਗਵਾਓ। ਮੈਂ ਸੱਚ ਸੁਣਾਉਣਾ, ਮੈਂ ਬੜੇ ਲੋਕਾਂ ਨੇ ਇੰਟਰਵਿਊ ਕੀਤੇ, ਮਤਾ ਕਿਸ਼ ਬੋਲਦਾ, ਪਰ ਅੱਜ ਮੇਰਾ ਗਲਾ ਬਠੋਆ ਦਾ, ਮੈਂ ਨਹੀਂ ਬੋਲੀ ਸਕਦਾ ਅੱਜ। ਨਹੀਂ ਮਹਾਰਾਜ, ਇਹ ਸਭ ਦਾਦਾ ਦੇਵ ਦਾ, ਤੁਸੀਂ ਦਾਦੇ ਦੇ ਪਰਿਵਾਰ ਦੇ, ਅਸੀਂ ਕੁਛ ਵੀ ਨਹੀਂ ਹੈ। ਮੈਂ ਉਹਨੇ ਸ਼ਹਾਦਤ ਦਿੱਤੀ ਹੈ ਸ਼ਾਇਦ ਮੇਰੇ ਕੋਲ ਦਾਦਾ ਦੇਵ ਦੀ ਨਿਕਲਾ ਦੇ ਰਾਮ ਰਾਮ ਅਸੀਂ ਕੁਛ ਮੈਂ ਦੀ ਖਾਤਰ ਚੜਕ ਬਰਾਦਰੀ ਦੇ ਦੋ ਪਰਿਵਾਰਾਂ ਦੇ ਵਿੱਚ ਜ਼ਮੀਨੀ ਜਿਹੜਾ ਝਗੜਾ ਹੁੰਦਾ ਉਹ ਰੋਲ ਮਟਾਉਣੇ ਹੀ ਜਾਂਦੇ ਨੇ। ਅੱਠ ਬਰਾਦਰੀਆਂ ਜਿਹੜੀਆਂ ਨੇ ਉਹਨੇ ਕੀ ਕੰਨੇ ਲਈਏ ਚੱਲਦੇ ਨੇ ਔਰ ਸਾਰੇ ਕਸਮਾਂ ਪਾਈ ਹੈ, ਜਿਵੇਂ ਤੀਲਾ ਸਿਰ ਪਰ ਰੱਖੀ ਤੇ ਹੁੰਦਾ ਅੱਗੇ ਸ਼ੀਸ਼ ਚੁਕਾਉਂਦੇ ਨੇ, ਨਿਆਂ ਦੀ ਖਾਤਰ ਨਿਆਂ ਮੰਗਦੇ ਨੇ। ਉਹਨੇ ਨਿਆਂ ਹੀ ਕੀਤਾ, ਪਰ ਕੁਛ ਜ਼ਾਲਮ ਜਿਹੜੇ ਨੇ ਉਹ ਭਾਵੇਂ ਸਤਯੁਗ ਹੈ ਜਾਂ ਕਲ ਯੁਗ ਹੈ, ਜਿਹੜੇ ਹਰ ਯੁੱਗ ਦੇ ਵਿੱਚ ਸਾਨੂੰ ਲਾਲਚੀ ਲੋਕ ਲੱਭਦੇ ਨੇ, ਔਰ ਲਾਲਚੀ ਗਲਤੀ ਕਰਦਾ ਭੁਗਤਦੇ ਬਾਅਦ 'ਚ ਪਰਿਵਾਰ। ਅੱਜ ਇੱਕ ਪਰਿਵਾਰ ਨੇ ਗਲਤੀ ਕੀਤੀ ਦੀ ਹੈ ਤਾਂ ਉਹ ਪਰਿਵਾਰ ਦੀ ਬੜੋਤਰੀ ਨਹੀਂ ਹੋ ਸਕੀ, ਔਰ ਬਾਕੀ ਜਿਹਦੇ ਖਾਤਰ ਉਹਨੇ ਸ਼ਹਾਦਤ ਦਿੱਤੀ, ਉਹਨੇ ਦੇਵਤਾ ਰੂਪ 'ਚ ਮੰਨੀ ਹੈ ਅਤੇ ਉਹਦੇ ਕੁੱਲ ਵਧਦੇ ਨੇ, ਉਹ ਅੱਜ ਉਹਨੇ ਕੀ ਦੇਵ ਰੂਪ 'ਚ ਮੰਨਦੇ ਨੇ, ਪੂਜਾ ਕਰਦੇ ਨੇ। ਜਿਲ੍ਹਾ ਉਸ ਜ਼ਾਲਿਮ ਨੇ ਉਹਦੇ ਪਰ ਚਾਲ ਚੱਲੀ ਸੀ, ਮਸੇਰ ਭਰਾ ਉਹ ਵਿੱਚ ਲਿਆ, ਉਸੀ ਪ੍ਰੋਤ ਮੰਨਣ ਦੇ ਲਾਲਚ ਦਿੱਤਾ ਜੀ, ਉਹਦੇ ਅੱਗੂ ਦੀ ਕਹਾਣੀ ਸੁਣਾਓ। ਚੜ ਕੇ ਗੀ ਬਾਸ ਸੁਣਾਈ,
ਆਖੋ ਜਿਹੜੀ ਜਮੀ ਦਿੱਤੀ ਦਾਣਾਦਾਰ ਗੀ ਮਾਰੀ ਉਹਨਾਂ ਛੜਾਈ ਮੀਆਂ ਦੇ ਪੰਜ ਮਣੀਆਂ ਕਣਕ ਪੂਰੀ ਚੋਟੀ ਸਿਰ ਦੀ ਪੱਗ ਰਖਾਈ ਬਾਈਓ ਤੁਲੇ ਜਨ ਸੁਨਾ ਜੋਖਿਆ ਚੋਖੀ ਉਹ ਪਾਠ ਰਖਾਈ ਬੋਲੇ ਬਾਂਗੀ ਉਹ ਬਜਣਾ ਕਰਾ ਕਰ ਕੇ ਕੀ ਬਾਸਣਾਈ ਉਹ ਆਖੋ ਜਿਹੜਾ ਵੇ ਸਿਰ ਵੱਡਾ ਰਣ ਵੇ ਪਤਾਰਾ ਉਹਦੀ ਮਾਲਕੀ ਐ ਓਈ ਸੁਣੀਆਂ ਵੇ ਗੱਲਾਂ ਤੀਣੇ ਚਾਰ ਕੈ ਆਮਿਣੀ ਪਰਦਾ ਕੋਈ ਨੀਆਂ ਦੇ ਸੁਣੀਆਂ ਵੇ ਗੱਲਾਂ ਯਾਦੇ ਤੀਣੇ ਚਾਰ ਕੈ ਆਮਿਣੀ ਪਰਦਾ ਕੋਈ ਦਾਦਾ ਸਾਡਾ ਗੁਰੂ ਉਹ ਗੁਰੂ ਦੇ ਅਸਾ ਇਹ ਕੰਮ ਕਰਨਾ ਚਾੜ ਕੁਸੇ ਕੀ ਲਾਲਚ ਦੇ ਉਹ ਕੁਸੇ ਕੋਲ ਮਰਵਾਈ ਅੱਜ ਚੌਥਾ ਪੈਰ ਟਲੇ ਦੇਲਾ ਉਹ ਆਦੇ ਚੌਥਾ ਪੈਰ ਟਲੇ ਦੇਲਾ ਜੱਟ ਦਰਾਰਾ ਆਦੇ ਅੰਦਰ ਦਿਖਿਆ ਉਹ ਬਾਂਗੀ ਚਾੜ ਕੈ ਜੱਟੇ ਗੀ ਲੈ ਸਦਾਈ ਅੰਦਰ ਦਿਖਿਆ ਬਾਂਗੀ ਚਾੜ ਕੈ ਤੇ ਜੱਟੇ ਗੀ ਲੈ ਸਦਾਈ ਆਦੇ ਬੋਲੇ ਵੇ ਬਾਂਗਾ ਵੇ ਬਜਨਾ ਕਰਿਆ ਵੀ ਜੱਟਾ ਗੀ ਬਾਸਨਾਈ ਉਹ ਆਖੋ ਜੱਟ ਚੁੱਕੀ ਤੁਗੀ ਚੜਕ ਬਣਾਵਾ ਦੇਵਾ ਮੰਡੀ ਪਾਈ ਉਹ ਜੱਟਾ ਪਾਈਓ ਤੁਲੇ ਮੈਂ ਦੇ ਸੁਨਾ ਜੋਖਿਆ ਚੋਖੀ ਪਾਸ ਰਖਾਈ ਉਹ ਆਖੋ ਪੰਜ ਮਣੀਆਂ ਕਣਕ ਦੇ ਪੂਰੀ ਉਹ ਚੋਟੀ ਸਿਰ ਦੀ ਪੱਗ ਰਖਾਈ ਜੇ ਤੂੰ ਉਹ ਸਿਰ ਵੱਡੇ ਰਣ ਵੇ ਪਤਾਰਾ ਤੇਰੀ ਮਾਲ ਕੀ ਆਈ ਨੀਆਂ ਦੇ ਜੇ ਤੂੰ ਉਹ ਸਿਰ ਵੱਡੇ ਰਣ ਵੇ ਪਤਾਰਾ ਤੇਰੀ ਮਾਲ ਕੀ ਆਈ ਉਹ ਆਦੇ ਸੁਣੀਆਂ ਵੇ ਗੱਲਾਂ ਜਿਹੜੀ ਜਟਾ ਰਹਿ ਤੇ ਸੁਣਕੇ ਖਾਈ ਨੀਆਂ ਦੇ ਸੁਣੀਆਂ ਵੇ ਗੱਲਾਂ ਜਿਹੜੀ ਜਟਾ ਰਹਿ ਸੁਣੀਆਂ ਵੇ ਗੱਲਾਂ ਵੇ ਬਾਂਗੀ ਚਾੜ ਕੇ ਗਿਆ ਗਿਆ ਮਨ ਆਈ ਹੈ ਚਾਰ ਗਜ ਦੀ ਜਟਾ ਦੀ ਵੇ ਖਿੱਚੋ ਜੀ ਬਾ ਕੱਟੋ ਗਿਆ ਜੀ ਕੀਆਂ ਗੱਲ ਮੋੜੈ ਸਾਰੀ ਉਹ ਆਖੋ ਖਿੱਚੋ ਜੀ ਬਾ ਕੱਟੋ ਕਿਆੜੀ ਕੀਆਂ ਗੱਲ ਮੋੜੈ ਸਾਰੀ ਆਦੇ ਡਰਦੇ ਮਾਰੇ
ਬੜੀ ਯਾਰ ਉਹ ਆਦੇ ਡਰਦੇ ਵੇ ਮਾਰੀ ਯਾਰ ਉਹ ਜਨੂ ਦੱਸ ਵੇ ਮਸੇਰੇ ਦੀ ਬਾਈ ਨਹੀਂ ਜਾਣਾ ਦਰਾਲੋ ਨਹੀਂ ਜਾਣਾ ਅੱਜ ਠਾਠਾ ਕਾਲ ਮਾਈ ਜਿਹਦੇ ਘਰ ਨਹੀਂ ਆਉਣਾ